ਹੁਣ ਦੱਸੋ ਕਿਵੇਂ ਜੋੜੂ ਸਾਡੇ ਦਿਲ ਵਾਲੀ ਤਾਰ। ਕੈਸੇ ਸਾਰੇ ਸਵਾਗਤ ਹੈ ਅੰਮ੍ਰਿਤਸਰ ਯਾਰ ਕਿਵੇਂ ਨਮਸਤੇ ਸਭੀ ਕੋ। ਸੋ ਆਜ ਇੱਕ ਹੈਪੀ ਡੇ ਹੈ ਔਰ ਨੌਨ ਹੈਪੀ ਕੇ ਤੁਮ ਇਗਨੋਰ ਮਾਰ ਦਿੱਤੇ ਹੈ। ਨੌਨ ਹੈਪੀ ਇਨ ਦਾ ਸੈਂਸ ਕਿ ਮੇਰਾ ਅੱਜ ਥਾ IBPS PO ਕਾ ਪੇਪਰ। ਸੋ ਮੇਰੇ ਸਭ ਤੋਂ ਅੱਛਾ ਗਿਆ ਮੇਰਾ। ਮੈਂ ਯੂਜਲੀ ਯਹੀ ਕਰਤਾ ਹੂੰ ਇੰਗਲਿਸ਼ ਮੇਂ ਜ਼ਿਆਦਾ ਸਕੋਰ ਕਰਤਾ ਹੂੰ ਕਿ ਉਸਮੇਂ ਜ਼ਿਆਦਾ ਕੁਸ਼ਚਨ ਅਟੈਂਪਟ ਕਰ ਪਾਤਾ ਹੂੰ ਮੈਂ। ਸਹੀ ਉੱਤੇ ਗਲਤ ਉੱਤੇ ਕੋਈ ਬਾਅਦ ਕੀ ਬਾਤ ਹੈ, ਪਰ ਮੈਂ 63 ਕੁਸ਼ਚਨ ਅਟੈਂਪਟ ਕੀ ਹੈ, ਦੇਖਤਾ ਕਿਆ ਬਣਤਾ ਹੈ। ਤੋ ਯੇ ਮੇਰਾ ਅੱਜ ਫੁੱਲ ਡੇ ਸੁਬਹੇ ਯਹਾਂ ਸੇ 54 ਕਿਲੋਮੀਟਰ ਦੂਰ ਜਾ ਕੇ ਕਹਤੇ ਕਿ ਜਾਓ ਪੇਪਰ ਦੇ ਆਓ। ਮਤਲਬ ਸੀਰੀਅਸਲੀ ਮੈਂ 54 ਢਾਈ ਘੰਟੇ ਜਾਣੇ ਮੈਂ ਢਾਈ ਘੰਟੇ ਆਉਣੇ ਮੈਂ ਬਸ ਹੀ ਕਿਹਾ ਥਾ ਨਾ ਮੈਂ ਆਪਣੀ ਕਾਰ ਨਹੀਂ ਹੈ ਅਭੀ ਨਾ ਸਕੂਟੀ ਹੈ ਤੋ ਟਾਈਮ ਲੱਗਤਾ ਥਾ। ਸੋ ਅੱਛੀ ਬਾਤ ਕਿਆ ਹੈ ਕਿ ਸੁਬਹੇ ਵੀ ਅੱਛਾ ਬ੍ਰੇਕਫਾਸਟ ਟਾਈਪ ਹੋ ਗਿਆ ਔਰ ਅਭੀ ਵੀ ਅੱਛਾ ਬ੍ਰੇਕਫਾਸਟ ਟਾਈਪ ਹੋ ਜਾਏਗਾ, ਸੋਰੀ ਮਤਲਬ ਡਿਨਰ ਟਾਈਪ ਪਤਾ ਨਹੀਂ ਆਗੇ ਕਿਆ ਬਣਦਾ। ਪਰ ਹੈ ਅੱਛੀ ਚੀਜ਼ ਇਹ ਹੈ ਕਿ ਆਈ ਬੌਟ ਮਾਈ ਨਿਊ ਸ਼ੂਜ਼ ਐਡੀਡਾਸ ਕੇ ਹੈ, ਐਮੇਜ਼ਨ ਕੀ ਸੇਲ ਪੀ ਰਹੀ ਹੈ। ਮੈਨੂੰ ਤਾਂ ਸਹੀ ਲੱਗਿਆ ਯਾਰ ਕਿ ਲੋਕ ਕਹਿ ਰਹੇ ਹੈਵੀ ਹੈ, ਉਹਨੇ ਕਿਹਾ ਅਗਰ ਹੈਵੀ ਹੈ ਤਾਂ ਹੈਵੀ ਵਰਕਆਊਟ ਵੀ ਤਾਂ ਕਰ ਰਿਹਾ ਕਿ ਨਹੀਂ, ਐਸੇ ਇੱਦਾਂ ਹੀ ਨਿਕਲ ਜਾਂਦਾ ਹੈ। 1800 ਕੇ ਲੀਏ ਮੈਂ ਐਮੇਜ਼ਨ ਸੇਲ ਸੇ ਤੋਂ ਆਈ ਹੋਪ ਅੱਛੇ ਸ਼ੂਜ਼ ਹੋਂ, ਰਿਟਰਨ ਕਰਨ ਕੀ ਜ਼ਰੂਰਤ ਨਾ ਪੜੇ। ਵੈਸੇ ਤਾਂ ਮੇਰੇ ਕੋਲ ਦੋਨੋਂ ਬ੍ਰਾਂਡ ਅੱਛੇ ਲੱਗਦੇ ਹੈ, ਐਡੀਡਾਸ ਐਜ਼ ਵੈਲ ਐਜ਼ ਐਮੇਜ਼ਨ। ਔਰ ਸਭ ਤੋਂ ਅੱਛੀ ਬਾਤ ਹੈ ਕਿ ਡਿਲੀਵਰੀ ਹਮੇ ਬਹੁਤ ਫਾਸਟ ਹੋਈ ਹੈ। ਕੱਲ੍ਹ ਸੁਬਹ ਮੈਂ ਔਡਰ ਕੀਤਾ ਔਰ ਅੱਜ ਦੁਪਹਿਰ ਕੋ ਆ ਗਿਆ। ਦੈਟ ਵਾਜ਼ ਇਟ ਫੋਰ ਟੁਡੇ। ਸੋ ਇਸ ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ, ਕਮੈਂਟ ਕਰੇ, ਸਬਸਕ੍ਰਾਈਬ ਕਰੇ ਔਰ ਪਹਿਲਾਂ ਕਿ ਨੇਟ ਕਰਦੇ ਯਾਰ ਅੱਜ, ਮਤਲਬ ਮੇਰੇ ਪੜ੍ਹਨੇ ਕੀ ਜ਼ਰੂਰਤ ਹੈ, ਪੜ੍ਹਨੇ ਕੀ ਦਰਿਆ ਉੜ ਗਈ ਤੋ ਕਰ ਦਿਓ। ਓਕੇ ਨਮਸਤੇ।